सो हैलो गाइस, किदां सारे जाने। आई होप सो तुसी सारे वधिया होवोंगे, ठीक ठाक होवोंगे। सो मित्रो, अज आपां एक होर नवें वीडियो लैके आए हाँ, जिहदे विच अज आपां तुहानूं दसांगे कि जिहड़ा अपने कोल स्टॉक दा एक सिंथेसाइजर आ एफएल स्टूडियो दा, इमेज लाइन दा, जिहदे विचों आपां नूं कुछ छेड़खानी नहीं करनी पैणी। सिर्फ एक प्रीसैट आउंदा आ, उहदे यूज़ दे नाल आपां जिहड़ी गैंगस्टर टाइप लीड हुंदी आ, ओल्ड स्कूल गाणियां 'च वजदी आ, 90s दे बीट्स तुसीं सुण लोगे, ਉਹਨਾਂ 'ਚ ਜਿਹੜੀ ਬੀਟ ਵੱਜਦੀ ਆ, ਮਤਲਬ ਬੂਮ ਬੈਪ ਜੀ ਹੁੰਦੀ ਆ, ਉਹਦੇ ਨਾਲ ਇੱਕ ਲੀਡ ਚੱਲਦੀ ਹੁੰਦੀ ਆ ਵੈਸਟ ਕੋਸਟ 'ਚ। ਸੋ ਉਹ ਲੀਡ ਆਪਾਂ ਨੂੰ ਸਟੋਕ ਦੇ ਵਿੱਚ, ਮੈਂ ਕੱਲ੍ਹ ਬੈਠਾ ਪੈਚਿਜ ਐਕਸਪਲੋਰ ਕਰਦਾ ਸੀ, ਉਹਦੇ ਵਿੱਚ ਮੈਨੂੰ ਬਹੁਤ ਸੋਹਣੀ ਲੀਡ ਲੱਭੀ ਆ। ਸੋ ਮੈਂ ਸੋਚਿਆ ਤੁਹਾਡੇ ਨਾਲ ਵੀ ਉਹ ਲੀਡ ਸ਼ੇਅਰ ਕੀਤੀ ਜਾਵੇ, ਠੀਕ ਹੈ ਜੀ। ਸੋ ਆਓ ਆਪਾਂ ਸਭ ਤੋਂ ਪਹਿਲਾਂ ਤਾਂ ਬੀ ਪੀ ਐਮ ਆਪਣਾ ਜਿਹੜਾ 90 ਸੈੱਟ ਕਰ ਲੈਣਾ, ਠੀਕ ਹੈ ਜੀ। ਉਸ ਤੋਂ ਬਾਅਦ ਜਾਣਾ ਆਪਾਂ ਐਡ ਦੇ ਉੱਤੇ, ਆ ਦਿਸ ਆਈਕਨ ਐਡ ਚੈਨਲ ਰੈਕ ਦੇ ਅੰਦਰ, ਐਡ ਤੇ ਗਏ। ਉਸ ਤੋਂ ਬਾਅਦ ਆਪਾਂ ਜਾਣਾ ਆ ਜੀ ਸਿੰਥ ਕਲਾਸਿਕ ਦੇ ਅੰਦਰ। ਸਿੰਥ ਕਲਾਸਿਕ ਦੇ ਅੰਦਰ ਸੋਰ ਇਹ ਸਿੰਥੇਸਾਈਜ਼ਰ ਆਪਾਂ ਖੋਲ੍ਹ ਲੈਣਾ ਆ। ਮੈਨੂੰ ਲੱਗਦਾ ਤੁਹਾਡੇ 'ਚੋਂ 90% ਜਾਣੇ ਇਹਨੂੰ ਯੂਜ਼ ਨਹੀਂ ਕਰਦੇ ਹੋਣਗੇ। ਬਹੁਤ ਵਧੀਆ ਸਿੰਥੇਸਾਈਜ਼ਰ ਆ, ਇਹਦੇ ਤੋਂ ਬਹੁਤ ਕੁਛ ਲੱਭਦਾ ਆ। ਸੋ ਇੱਕ ਇਹਦੇ 'ਚੋਂ ਵਿੰਟੇਜ ਕੀਜ਼ ਜਿਹੜੀਆਂ ਨੇ ਉਹ ਇੱਕ ਗਾਣੇ 'ਚ ਯੂਜ਼ ਵੀ ਹੋਈਆਂ ਸੀ, ਉਹ ਵੀ ਮੈਂ ਤੁਹਾਨੂੰ ਦੱਸੂੰਗਾ ਕਿਹੜੀਆਂ ਸੀਗੀਆਂ। ਸੋ ਸਭ ਤੋਂ ਪਹਿਲਾਂ ਆਪਾਂ ਆਪਣੇ ਟੌਪਿਕ ਵੱਲ ਚੱਲਦੇ ਹਾਂ। ਇਹਦੇ ਵਿੱਚ ਇੱਕ ਨਵਾਂ ਵੋਲਿਊਮ ਬੈਂਕ ਆਇਆ, ਇਹ ਹੈਗਾ ਜ਼ੋਨਕਸ ਸੋਵਰ ਵੋਲਿਊਮ 1। ਇਹਦੇ ਉੱਤੇ ਤੁਸੀਂ ਜਾਣਾ ਆ, ਇਹਦੇ ਵਿੱਚ ਹੈਗੀ ਆ, ਤੁਸੀਂ ਸਕਰੋਲ ਡਾਊਨ ਕਰੋਗੇ, ਆ ਐਲ ਡੀ ਇੱਥੇ ਲਿਖਿਆ ਹੋਇਆ ਬਿਕੋਜ਼ ਆਫ ਲੀਡ, ਇਹ ਲੀਡ ਦਾ ਸਿੰਬਲ ਆ ਐਲ ਡੀ, ਠੀਕ ਹੈ ਜੀ। ਆਰ ਏ 33 ਨੰਬਰ 'ਤੇ ਐਲ ਡੀ ਕਲਾਸਿਕ ਗੈਂਗਸਟਾ, ਇਹਤੇ ਤੁਸੀਂ ਡਬਲ ਕਲਿੱਕ ਕਰ ਦੇਣਾ। ਠੀਕ ਹੈ ਜੀ, ਸੋ ਇਹ ਤੁਸੀਂ ਸੁਣੋਗੇ ਉਦਾਂ ਦੀ ਸਾਊਂਡ ਕਰਦੀ ਆ। ਜੇ ਤੁਸੀਂ ਇਹਨੂੰ ਮਿਡੀ ਤੋਂ ਵਜਾਓਗੇ, ਦੋ ਦੋ ਨੋਟ ਓਵਰਲੈਪ ਕਰੋਗੇ, ਤਾਂ ਇਹ ਇੱਦਾਂ ਦਾ ਸਾਊਂਡ ਕਰੂਗਾ। ਠੀਕ ਹੈ ਜੀ, ਸੋ ਇਹਨੂੰ ਤੁਸੀਂ ਇੱਥੋਂ ਪੋਰਟਾ ਐਂਡ ਮੋਨੋ ਔਨ ਵੀ ਕਰ ਸਕਦੇ ਹੋ, ਥੋੜ੍ਹਾ ਵਧੀਆ ਸਲਾਈਡ ਹੋ ਜਾਂਦਾ ਆ। ਠੀਕ ਹੈ ਜੀ, ਸੋ ਹੁਣ ਆਪਾਂ ਇਹਦੇ ਅੰਦਰ ਦੇਖਦੇ ਹਾਂ ਕਿ ਆਪਾਂ ਇਹਦੇ ਅੰਦਰ ਲੀਡ ਕਿੱਦਾਂ ਡਿਜ਼ਾਈਨ ਕਰਨੀ ਆ। ਕਈਆਂ ਨੂੰ ਦਿੱਕਤ ਆਉਂਦੀ ਆ, ਉਹ ਲੀਡ ਦਾ ਪੈਟਰਨ ਨਹੀਂ ਬਣਾ ਪਾਉਂਦੇ ਜਿੱਦਾਂ ਉਹਦੇ 'ਚ ਥੋੜ੍ਹੇ ਬਾਉਂਸ ਦਿੱਤੇ ਹੁੰਦੇ ਆ, ਹੈ ਨਾ। ਸੋ ਉਹ ਅੱਜ ਮੈਂ ਤੁਹਾਨੂੰ ਇੱਥੇ ਦੱਸੂੰਗਾ। ਸਭ ਤੋਂ ਪਹਿਲਾਂ ਤਾਂ ਆਪਣਾ ਤੁਸੀਂ ਸਕੇਲ ਚੂਜ਼ ਕਰ ਲੈਣਾ, ਮੈਂ ਏ ਮਾਈਨਰ ਚੂਜ਼ ਕਰਦਾ ਹਾਂ। ਠੀਕ ਹੈ ਜੀ, ਚਲੋ ਇੱਥੇ ਰੱਖ ਲੈਂਦੇ ਆਪਾਂ। ਸਭ ਤੋਂ ਪਹਿਲਾਂ ਆਹ ਰੱਖ ਲਈ, ਥੋੜ੍ਹਾ ਜਿਹਾ ਇਹਨੂੰ ਓਵਰਲੈਪ ਕਰ ਲੈਣਾ, ਨੌਨ 'ਤੇ ਕਰਕੇ ਥੋੜ੍ਹਾ ਜਿਹਾ ਓਵਰਲੈਪ ਕਰ ਲੈਣਾ ਹੈ। ਫਿਰ ਆਪਣੇ ਆਪਣੇ ਹਿਸਾਬ ਨਾਲ ਪਹਿਲਾਂ ਨੋਟਸ ਰੱਖ ਲੈਣੇ, ਜਿਹੜੀ ਤੁਸੀਂ ਲੀਡ ਕੰਪੋਜ਼ 'ਤੇ ਡਿਜ਼ਾਈਨ ਕਰਨੀ ਆ। ਠੀਕ ਹੈ ਜੀ, ਸੋ ਇਹ ਮੈਂ ਬੇਸਿਕ ਜੀ ਰੱਖ ਲੈਂਦਾ ਇਹਦੇ ਉੱਤੇ। ਤੋ ਹੁਣ ਤੁਸੀਂ ਕੀ ਕਰਨਾ ਆ, ਸਭ ਤੋਂ ਪਹਿਲਾਂ ਤਾਂ ਸਭ ਤੋਂ ਛੋਟਾ ਨੋਟ ਲੈਣਾ ਆ, ਜਿੱਦਾਂ ਕਿ ਆ ਜੀ ਆ ਨਾ, ਇੱਥੇ ਇਹਦੇ ਥੱਲੇ ਕਿਤੇ ਵੀ ਨੋਟ ਲੈ ਕੇ ਇਹਨੂੰ ਐਡਾ ਕੁ ਕਰ ਲਓ, ਛੋਟਾ ਜਿਹਾ, ਛੋਟਾ ਜਿਹਾ ਕਰਕੇ ਫਿਰ ਜਿੱਥੇ ਤੁਸੀਂ ਦੋ ਸਟੈਪ ਛੱਡ ਕੇ ਨਾ, ਸੋਰੀ ਦੋ ਵਾਰ ਛੱਡ ਕੇ ਉਹਦੇ ਪਿੱਛੇ ਜਿਹੜਾ ਨੋਟ ਲਾਇਆ, ਇੱਥੇ ਮੰਨ ਲਓ ਮੈਂ ਐਫ 'ਤੇ ਲਾਇਆ, ਅਤੇ ਇਹਨੂੰ ਮੈਂ ਚੱਕ ਕੇ ਇੱਥੋਂ ਇੱਥੇ ਰੱਖ ਦੂੰਗਾ। ਸੋ ਇੱਥੇ ਆਪਾਂ ਨੂੰ ਸੁਣਦੇ ਕੀ ਚੀਜ਼ ਬਣੀ ਆ। ਠੀਕ ਹੈ ਜੀ, ਸੋ ਇਹ ਇੱਕ ਥੋੜ੍ਹੀ ਜਿਹੀ ਟਿਪ ਆ ਮੇਰੇ ਵੱਲੋਂ, ਇਹਨੂੰ ਇੱਦਾਂ ਜ਼ਰੂਰ ਕਰਿਆ ਕਰੋ, ਸੋਹਣੀ ਲੱਗਦੀ ਹੈ। ਠੀਕ ਹੈ ਜੀ, ਜਿੱਦਾਂ ਮੈਂ ਇੱਥੇ ਵੀ ਕੀਤੀ ਆ, ਇੱਕ ਵਾਰ ਸੁਣਦੇ ਹਾਂ ਕੀ ਬਣਿਆ। ਇੱਕ ਓਕਟੇਵ ਜੇ ਆਪਾਂ ਇਹਨੂੰ ਉੱਪਰ ਕਰ ਦਈਏ। ਠੀਕ ਹੈ ਜੀ, ਅਤੇ ਉਹੀ ਚੀਜ਼ ਬਣ ਗਈ। ਠੀਕ ਹੈ ਗਾਈਜ਼, ਸੋ ਇਹ ਤੁਸੀਂ ਦੇਖ ਰਹੇ ਹੋ ਕਿੱਦਾਂ ਵਧੀਆ ਜੀ ਲੱਗੀ ਜਾਂਦੀ ਹੈ, ਹੈ ਨਾ। ਸੋ ਤੁਸੀਂ ਇੱਥੇ ਜੇ ਦੋ ਦੋ ਨੋਟ ਰੱਖ ਦਿਓ ਤਾਂ ਵੀ ਸੋਹਣਾ ਲੱਗੂਗਾ।
सो ਇਹਦੇ ਵਿੱਚ ਇੱਕ ਹੋਰ ਪ੍ਰੀਸੈਟ ਆ ਲੀਡ ਹੀ ਆ ਉਹ ਵੀ ਵਿੰਟੇਜ ਲੀਡ 1 ਇਹ ਸੁਣ ਲਓ ਕਿੱਦਾਂ ਦੀ ਲੱਗਦੀ ਹੈ ਵਿੰਟੇਜ ਲੀਡ 2 ਐਕਸਪਲੋਰ ਕਰ ਲਓ ਤੁਸੀਂ ਉਹਨਾਂ ਦੇ ਆਕਟੇਵ ਚੇਂਜ ਕਰਕੇ ਵੇਖ ਲੈਣੇ ਵੀ ਕਿੱਦਾਂ ਦੀ ਸਾਊਂਡ ਕਰਦੀ ਆ ਇਹ ਬਹੁਤ ਵਧੀਆ ਸਿੰਥੇਸਾਈਜ਼ਰ ਆ ਮਤਲਬ ਬਹੁਤ ਹੀ ਜ਼ਿਆਦਾ ਘੈਂਟ ਆ ਹੁਣ ਜੇ ਆਪਾਂ ਜਾਈਏ ਉਸੇ ਵੋਲਿਊਮ ਬੈਂਕ ਦੇ ਅੰਦਰ ਇੱਥੇ ਤੁਸੀਂ ਦੇਖੋਗੇ ਕੀਜ਼ ਦੇ ਵਿੱਚ ਤੁਹਾਨੂੰ ਦਿੱਤਾ ਹੋਊਗਾ ਕਿੱਥੇ ਗਈਆਂ ਵਿੰਟੇਜ ਕੀਜ਼ 1 ਆ ਰਹੀਆਂ ਕੀਬੋਰਡ ਕੇ ਵੀ ਲਿਖਿਆ 29 ਨੰਬਰ ਤੇ ਵਿੰਟੇਜ ਕੀਜ਼ 1 ਸੋ ਇਹ ਤੁਸੀਂ ਸੁਣੋ ਕਿੱਦਾਂ ਦੀਆਂ ਸਾਊਂਡ ਕਰਦੀਆਂ ਇੱਕ ਮਿੰਟ ਇਹਨਾਂ ਦਾ ਮੈਂ ਪੋਰਟਾ ਅਤੇ ਮੋਨੋ ਆਫ ਕਰ ਲਾਂ ਇਹ ਏ ਪੀ ਢਿੱਲੋਂ ਹੋਣਾ ਦਾ ਗਾਣਾ ਆਇਆ ਸੀ ਟੌਕਸਿਕ ਉਹਦੇ ਵਿੱਚ ਯੂਜ਼ ਹੋਈਆਂ ਸੀਗੀਆਂ ਸੇਮ ਹੀ ਠੀਕ ਹੈ ਮਿੱਤਰੋ ਸੋ ਇਹ ਦੋ ਤੁਹਾਨੂੰ ਮੈਂ ਗੱਲਾਂ ਦੱਸਤੀਆਂ ਘੈਂਟ ਘੈਂਟ ਜੀਆਂ ਠੀਕ ਹੈ ਜੀ ਸੋ ਇਹ ਜਿਹੜਾ ਬਹੁਤ ਵਧੀਆ ਸਿੰਥੇਸਾਈਜ਼ਰ ਆ ਇਹਨੂੰ ਯੂਜ਼ ਕਰਿਆ ਕਰੋ ਆਪਣੇ ਗਾਣਿਆਂ ਦੇ ਅੰਦਰ ਇੱਕ ਵਾਰ ਮੈਂ ਤੁਹਾਨੂੰ ਬੀਟ ਦੇ ਨਾਲ ਸੁਣਾ ਦਿੰਦਾ ਬੀਟ ਬਣਾ ਕੇ ਛੋਟੀ ਜੀ ਕਿ ਇਹ ਜਿਹੜੀ ਆਪਣੀ ਲੀਡ ਆ ਉਹ ਕਿੱਦਾਂ ਸਾਊਂਡ ਕਰਦੀ ਆ ਠੀਕ ਹੈ ਵੀਡੀਓ ਪੂਰੀ ਦੇਖਿਓ ਵੀਡੀਓ ਅੱਧ ਵਿਚਾਲੇ ਨਾ ਛੱਡ ਕੇ ਜਾਇਓ ਮੇਰੇ ਕੋਲ ਇੱਕ ਛੋਟੀ ਜਿਹੀ ਟਿਪ ਅੱਗੇ ਹੋਰ ਆ ਉਹ ਵੀ ਤੁਹਾਨੂੰ ਮੈਂ ਦੱਸੂੰਗਾ ਸਭ ਤੋਂ ਪਹਿਲਾਂ ਤਾਂ ਗੈਂਗਸਟਾ ਲੀਡ ਕਿੱਥੇ ਗਈ ਹਾਰੀ ਠੀਕ ਹੈ ਜੀ ਇਹਨੂੰ ਇੱਕ ਓਕਟੇਵ ਥੱਲੇ ਕਰ ਲਓ ਹੁਣ ਆਪਾਂ ਇੱਥੇ ਬੀਟ ਬਣਾ ਕੇ ਦੇਖਦੇ ਹਾਂ ਸਭ ਤੋਂ ਪਹਿਲਾਂ ਤਾਂ ਮੈਂ ਸੈਂਪਲ ਲੈ ਲਾਂ ਕਿਉਂਕਿ ਇਹਦੇ ਸਟਾਕ ਵਾਲੇ ਸੈਂਪਲ ਥੋੜ੍ਹੇ ਓਲਡ ਸਕੂਲ ਨਹੀਂ ਹੁੰਦੇ ਠੀਕ ਹੈ ਗਾਈਜ਼ ਸੋ ਇੱਦਾਂ ਦੀ ਇਹ ਲੀਡ ਲੱਗਦੀ ਆ ਸਭ ਤੋਂ ਪਹਿਲਾਂ ਤਾਂ ਮੈਨੂੰ ਪਤਾ ਤੁਸੀਂ ਉਹ 3-2 ਓਸੀਲੇਟਰ 'ਚੋਂ ਯੂਜ਼ ਕਰਦੇ ਹੋਵੋਗੇ ਬਟ ਅੱਜ ਤੋਂ ਬਾਅਦ ਤੁਸੀਂ ਇਹ ਵਰਤਣੀ ਆ ਬਹੁਤ ਹੀ ਵਧੀਆ ਲੀਡ ਆ ਠੀਕ ਹੈ ਮਿੱਤਰੋ ਸੋ ਹੋਪ ਸੋ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਊਗੀ ਵੀਡੀਓ ਵਧੀਆ ਲੱਗੀ ਆ ਤਾਂ ਇਹਨੂੰ ਲਾਈਕ ਕਰ ਦਿਓ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਅਤੇ ਲੋਕਾਂ ਮਿੱਤਰਾਂ ਨਾਲ ਵੀ ਸ਼ੇਅਰ ਕਰ ਦਿਓ ਆਪਣਿਆਂ ਨਾਲ ਠੀਕ ਹੈ ਜੀ ਆਪਣੇ ਪ੍ਰੋਡਿਊਸਰ ਫਰੈਂਡਸ ਨਾਲ ਵੀ ਸ਼ੇਅਰ ਕਰ ਦਿਓ ਅਤੇ ਅੱਗੇ ਮਤਲਬ ਸਾਰਿਆਂ ਨੂੰ ਸ਼ੇਅਰ ਕਰ ਦਿਓ ਅਤੇ ਮੈਨੂੰ ਮੇਰੇ ਸੋਸ਼ਲ ਮੀਡੀਆ 'ਤੇ ਫੋਲੋ ਕਰ ਲਿਓ ਥੱਲੇ ਡਿਸਕ੍ਰਿਪਸ਼ਨ 'ਚ ਲਿੰਕ ਦਿੱਤੇ ਹੋਏ ਆ ਕਿਸੇ ਨੇ ਵੀ ਕੋਈ ਕੁਐਰੀ ਹੁੰਦੀ ਆ ਕੋਈ ਕੁਐਸਚਨ ਪੁੱਛਣਾ ਹੁੰਦਾ ਮੈਨੂੰ ਉੱਥੇ ਪੁੱਛ ਲਿਆ ਕਰੋ ਠੀਕ ਹੈ ਜੀ ਇਹ ਵੀਡੀਓ ਕਿੱਦਾਂ ਦੀ ਲੱਗਦੀ ਆ ਮੈਨੂੰ ਕਮੈਂਟ ਕਰਕੇ ਵੀ ਜ਼ਰੂਰ ਦੱਸ ਦਿਆ ਕਰੋ ਕਿਸੇ ਨੇ ਕੋਈ ਗਾਣਾ ਗੁਣਾ ਬਣਵਾਉਣਾ ਹੁੰਦਾ ਉਹ ਮੈਨੂੰ ਮੇਰੇ ਵਟਸਐਪ ਨੰਬਰ 'ਤੇ ਕੰਟੈਕਟ ਕਰ ਸਕਦਾ ਉਹ ਵੀ ਡਿਸਕ੍ਰਿਪਸ਼ਨ 'ਚ ਲਿਖਿਆ ਹੋਇਆ ਹੈ ਠੀਕ ਹੈ ਜੀ ਸੋ ਆਪਾਂ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਅੰਦਰ ਉਦੋਂ ਲਈ ਟਾਟਾ ਬਾਏ ਬਾਏ